ਪਾਈ ਪਾਈ ਤੋਂ ਬਾਅਦ ਹੁਣ ਪਾਕਿਸਤਾਨ ਬੂੰਦ ਬੂੰਦ ਲਈ ਤਰਸੇਗਾ ਕਿਉਂਕਿ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਲਗਭਗ ਤਿਆਰ ਹੋ ਚੁੱਕਾ ਹੈ। ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਹੁਣ ਭਾਰਤ ਪਾਕਿਸਤਾਨ ਨੂੰ ਪਿਆਸਾ ਮਾਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਈ ਪਾਈ ਤੋਂ ਬਾਅਦ ਹੁਣ ਬੂੰਦ ਬੂੰਦ ਲਈ ਤਰਸੇਗਾ ਪਾਕਿਸਤਾਨ। ਸ਼ਾਹਪੁਰ ਕੰਡੀ ਬੈਰਾਜ ਡੈਮ ਲਗਭਗ ਤਿਆਰ। ਪੰਜਾਬ ਤੇ ਜੰਮੂ ਕਸ਼ਮੀਰ ਨੂੰ ਮਿਲੇਗਾ ਸਭ ਤੋਂ ਵੱਧ ਲਾਭ। ਜੀ ਹਾਂ, ਸਾਡਾ ਨਾਪਾਕ ਗੁਆਂਢੀ ਪਾਕਿਸਤਾਨ ਪਾਈ ਪਾਈ ਲਈ ਮੁਹਤਾਜ ਹੋਣ ਤੋਂ ਬਾਅਦ ਹੁਣ ਪਾਣੀ ਦੀ ਬੂੰਦ ਬੂੰਦ ਲਈ ਤਰਸੇਗਾ ਕਿਉਂਕਿ ਭਾਰਤ ਪਾਕਿਸਤਾਨ ਨੂੰ ਜਾਂਦਾ ਰਾਵੀ ਨਦੀ ਦਾ ਪਾਣੀ ਰੋਕਣ ਜਾ ਰਿਹਾ ਹੈ। ਜੀ ਹਾਂ, ਪਾਕਿਸਤਾਨ ਜਾਂਦੇ ਰਾਵੀ ਦੇ ਪਾਣੀ ਨੂੰ ਰੋਕਣ ਲਈ ਪੰਜਾਬ ਦੇ ਪਠਾਨਕੋਟ 'ਚ ਬਣਾਇਆ ਗਿਆ ਹੈ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਲਗਭਗ ਤਿਆਰ ਹੋ ਚੁੱਕਾ ਹੈ ਤੇ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਨੇ। ਇਸ ਦੇ ਨਾਲ ਡੈਮ ਵਿੱਚ ਪਾਣੀ ਸਟੋਰ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਕਈ ਪੜਾਵਾਂ 'ਚ ਇਸ ਡੈਮ ਦੀ ਫਿਲਿੰਗ ਅਤੇ ਟੈਸਟਿੰਗ ਕੀਤੀ ਜਾਏਗੀ। ਇਸ ਤੋਂ ਇਲਾਵਾ ਡੈਮ ਤੋਂ ਅੱਗੇ ਹਾਈਡਲ ਚੈਨਲ ਨਹਿਰ ਬਣਾਈ ਜਾਣ ਦਾ ਕੰਮ ਵੀ ਲਗਾਤਾਰ ਜਾਰੀ ਹੈ, ਜਿਸ ਨਾਲ ਨਾ ਸਿਰਫ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਇਸ ਦੇ ਨਾਲ ਇਸ ਨਹਿਰ ਤੇ ਦੋ ਪਾਵਰ ਹਾਊਸ ਵੀ ਬਣਾਏ ਜਾਣਗੇ ਜੋ ਵੱਡੇ ਪੱਧਰ ਤੇ ਬਿਜਲੀ ਪੈਦਾ ਕਰਨਗੇ। ਦੇਖੋ, ਜੋ ਕੰਮ ਹੈ ਉਹ ਬਹੁਤ ਅੱਛੀ ਸਪੀਡ ਸੇ ਚੱਲ ਰਹਾ ਹੈ ਤੇ ਲਾਸਟ ਵੀਕ ਚੰਡੀਗੜ੍ਹ ਵਿਖੇ ਦੀ ਮੀਟਿੰਗ ਵੀ ਇੱਕ ਔਰਗਨਾਈਜ਼ ਕੀਤੀ ਗਈ ਸੀ ਜਿਹਦੇ ਵਿੱਚ ਮੈਂ ਗਿਆ ਸੀ ਤੇ ਅਫਸਰਾਂ ਨੂੰ ਸਾਰਿਆਂ ਨੂੰ ਨਿਰਦੇਸ਼ ਹੈਗਾ ਕਿ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਇਸ ਨੂੰ ਹੁਣ ਖਤਮ ਕੀਤਾ ਜਾਏ ਤੇ ਅਸੀਂ ਇਹਦੀ ਰੈਗੂਲਰ ਰਿਵਿਊ ਕਰ ਰਹੇ ਹਾਂ ਤੇ ਬਹੁਤ ਜਲਦ ਇਹ ਚੀਜ਼ ਕੰਪਲੀਟ। ਦੱਸ ਦਈਏ ਕਿ ਪੰਜਾਬ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਇਸ ਪ੍ਰੋਜੈਕਟ ਦੀ ਡਿਵੈਲਪਮੈਂਟ ਤੇ ਨਜ਼ਰ ਰੱਖ ਰਹੇ ਨੇ। ਇਸ ਪ੍ਰੋਜੈਕਟ ਦੇ ਪੂਰਾ ਹੋ ਜਾਣ ਤੋਂ ਬਾਅਦ ਦੇਸਾ ਬੈਰਾਜ ਪਾਕਿਸਤਾਨ ਨੂੰ ਜਾਣ ਵਾਲਾ ਰਾਵੀ ਦਾ 1150 ਕਿਊਸਿਕ ਪਾਣੀ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਦੇਵੇਗਾ। ਪਠਾਨਕੋਟ ਜ਼ਿਲ੍ਹੇ ਵਿੱਚ ਰਣਜੀਤ ਸਾਗਰ ਡੈਮ ਤੋਂ ਹੇਠਾਂ ਸਥਾਪਿਤ ਕੀਤੇ ਜਾ ਰਹੇ ਇਸ ਪ੍ਰੋਜੈਕਟ ਤੋਂ ਮਿਲਣ ਵਾਲਾ ਪਾਣੀ ਪੰਜਾਬ ਵਿੱਚ 5000 ਹੈਕਟੇਅਰ ਅਤੇ ਜੰਮੂ ਕਸ਼ਮੀਰ ਦੇ ਵਿੱਚ 32000 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਵਰਤਿਆ ਜਾਏਗਾ। ਹਾਲਾਂਕਿ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਆਪਣੇ ਹਿੱਸੇ ਦਾ ਪਾਣੀ ਮਿਲਣ 'ਚ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਡੈਮ ਤੋਂ ਪਾਣੀ ਪਹੁੰਚਾਉਣ ਲਈ ਬਣਾਈ ਜਾ ਰਹੀ 1378 ਮੀਟਰ ਲੰਬੀ ਨਹਿਰ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਸਕਿਆ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਪੁਰ ਕੰਡੀ ਡੈਮ ਦੇ ਬਣਨ ਤੋਂ ਬਾਅਦ ਇੱਕ ਬੂੰਦ ਵੀ ਪਾਣੀ ਪਾਕਿਸਤਾਨ ਨੂੰ ਜਾਣ ਨਹੀਂ ਦਿੱਤਾ ਜਾਏਗਾ। ਸ਼ਾਹਪੁਰ ਕੰਡੀ ਬਰਾਜ ਡੈਮ ਔਰ ਮੈਨੂੰ ਲੱਗਦਾ ਵੀ ਉਹ ਬਿਲਕੁਲ ਕੰਪਲੀਟ ਹੋਣ ਦੀਆਂ ਬਰੂਹਾਂ ਤੇ ਖੜਿਆ। ਮੈਂ ਆਪ ਵੀ ਉੱਥੇ ਗਿਆ ਔਰ ਬਰਾਜ ਦੇ ਬਣਨ ਦੇ ਨਾਲ ਦੋ ਵੱਡੇ ਲਾਭ ਸਾਡੇ ਹਲਕੇ ਨੂੰ ਹੋਣੇ ਆ। ਇੱਕ ਤਾਂ ਠੀਨ ਡੈਮ ਦੇ ਸਾਰੇ ਉਹ ਚੱਲ ਪੈਣਗੇ ਜਿਹੜੇ ਟਰਬਾਈਨਾਂ ਹੈਗੀਆਂ ਆ। ਸੋ ਸੈਕਿੰਡ ਜਦੋਂ ਬਰਾਜ ਬਣ ਜਾਂਦਾ ਫਿਰ ਬਰਾਜ ਤੋਂ ਵੀ ਮਤਲਬ ਬਿਜਲੀ ਪੈਦਾ ਹੋਏਗੀ। ਬਰਾਜ ਤੋਂ ਅੱਗੇ ਵੀ ਇੱਕ ਜਿਹੜਾ ਆ ਉਹ ਨਹਿਰਾਂ ਦਾ ਸਿਲਸਿਲਾ ਜਿਹੜਾ ਤਿੰਨ ਸੂਏ ਜਿਹੜੇ ਕੰਢੀ ਦੇ ਇਲਾਕੇ ਦੇ ਪਿੰਡਾਂ ਨੂੰ ਮਤਲਬ ਪਾਣੀ ਦੇਣਗੇ ਉਹ ਵੀ ਨਾਲ ਦੇ ਨਾਲ ਬਣ ਰਹੇ ਆ। ਇੱਕ ਵੱਡੀ ਨਹਿਰ ਬਣ ਰਹੀ ਹੈ ਜਿਹੜੀ ਮਾਝੇ ਦੇ ਅੰਦਰ ਜਾਏਗੀ। ਮੈਨੂੰ ਲੱਗਦਾ ਵੀ ਸਾਬਰ ਕੰਢੀ ਬਰਾਜ ਦੇ ਮੁਕੰਮਲ ਹੋਣ ਤੋਂ ਬਾਅਦ ਇੱਕ ਵੱਡਾ ਹੁਲਾਰਾ ਪੰਜਾਬ ਦੇ ਅੰਦਰ ਬਿਜਲੀ ਨੂੰ ਲੈ ਕੇ ਜਿਹੜਾ ਪੰਜਾਬ ਦੇ ਲੋਕਾਂ ਦੇ ਭਲੇ ਸੁਣਿਆ। ਪਾਕਿਸਤਾਨ ਦਾ ਲਾਹੌਰ ਵੀ ਰਾਵੀ ਦੇ ਕਿਨਾਰੇ ਹੀ ਵਸਿਆ ਹੈ ਤੇ ਹੋਰ ਵੀ ਕਈ ਛੋਟੇ ਕਸਬਿਆਂ ਦੀ ਜ਼ਿੰਦਗੀ ਵੀ ਇਸੇ ਰਾਵੀ ਦੇ ਪਾਣੀ ਤੇ ਟਿਕੀ ਹੋਈ ਹੈ ਤੇ ਹੁਣ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਪਾਕਿਸਤਾਨ 'ਚ ਇੱਕ ਨਵਾਂ ਭੂਚਾਲ ਆ ਗਿਆ।
ਕਿਉਂਕਿ ਹੁਣ ਭਾਰਤ ਨੇ ਪਾਕਿਸਤਾਨ ਨੂੰ ਪਿਆਸਾ ਰੱਖਣ ਦਾ ਬੂੰਦ ਬੂੰਦ ਲਈ ਤਰਸਾਉਣ ਦਾ ਫੈਸਲਾ ਕਰ ਲਿਆ। ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ, PTC ਨਿਊਜ਼।